ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖਰੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਹੋਲੀ ਦੇ ਕੁਝ ਉਪਾਅ ਦੇ ਬਾਰੇ, ਲੇਕਿਨ ਉਦੋਂ ਪਹਿਲਾਂ ਗੱਲ ਕਰਦੇ ਹਾਂ ਤੁਲਸੀ ਦੀ। ਇੱਕ ਪੁਰਾਣੀ ਪਰੰਪਰਾ ਹੈ ਕਿ ਘਰ ਦੇ ਵਿੱਚ ਤੁਲਸੀ ਦਾ ਬੂਟਾ ਜ਼ਰੂਰ ਹੋਣਾ ਚਾਹੀਦਾ। ਸਾਡੇ ਸ਼ਾਸਤਰਾਂ ਦੇ ਵਿੱਚ ਤੁਲਸੀ ਦੀ ਪੂਜਾ ਕਰਦੇ ਆ, ਇਹਨੂੰ ਪਵਿੱਤਰ ਮੰਨਦੇ ਆ, ਦੇਵੀ ਦਾ ਸਵਰੂਪ ਮੰਨਦੇ ਆ। ਜੇ ਘਰ ਦੇ ਵਿੱਚ ਤੁਲਸੀ ਹੋਵੇ ਤਾਂ ਸਾਨੂੰ 10 ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਕੀ ਇਹ ਅਸੀਂ ਦੱਸਣ ਜਾ ਰਹੇ ਹਾਂ। ਪਹਿਲੀ ਗੱਲ ਤਾਂ ਸਾਰੇ ਹੀ ਦੇਵੀ ਦੇਵਤਾਵਾਂ ਦੀ ਕਿਰਪਾ ਸਾਡੇ ਘਰ ਦੇ ਉੱਤੇ ਬਣੀ ਰਹਿੰਦੀ ਹੈ। ਜੇ ਸਾਡੇ ਘਰ ਦੇ ਵਿੱਚ ਤੁਲਸੀ ਲੱਗੀ ਹੋਵੇ, ਘਰ ਦੇ ਵਿੱਚ ਪੋਜ਼ਿਟਿਵ ਐਨਰਜੀ ਰਹਿੰਦੀ ਹੈ, ਸੁਖੀ ਵਾਤਾਵਰਣ ਰਹਿੰਦਾ, ਪੈਸੇ ਦੀ ਕਦੀ ਕਮੀ ਨਹੀਂ ਰਹਿੰਦੀ, ਪਰਿਵਾਰ ਦੇ ਸਦੱਸਿਆਂ ਦੀ ਸਿਹਤ ਅੱਛੀ ਰਹਿੰਦੀ ਹੈ। ਸੋ ਇਹ ਜਾਣਨਾ ਚਾਹੀਦਾ ਸਭ ਤੋਂ ਪਹਿਲੀ ਗੱਲ ਤਾਂ ਕਿ ਤੁਲਸੀ ਨੂੰ ਕਦੀ ਵੀ ਉਹਦੇ ਪੱਤਿਆਂ ਨੂੰ ਚਬਾਉਣਾ ਨਹੀਂ ਚਾਹੀਦਾ, ਕਿਉਂਕਿ ਇਹਨੂੰ ਚਬਾਉਣ ਦੇ ਨਾਲ ਜਿਹੜੇ ਇਹਦਾ ਅਨੇਮਲ ਹੈਗਾ, ਉਹ ਦੰਦਾਂ ਦਾ ਪੇੜ ਜਿਹੜਾ ਹੈਗਾ ਉਹਨੂੰ ਖਤਮ ਕਰ ਦਿੰਦਾ ਹੈ। ਸੋ ਇਹ ਸਾਡੇ ਲਈ ਪ੍ਰੋਬਲਮ ਦਿੰਦਾ ਹੈ, ਕਿਉਂਕਿ ਪੱਤਿਆਂ ਦੇ ਵਿੱਚ ਲੈਡ ਹੁੰਦਾ, ਪਾਰਾ ਤਾਤੂ ਜਿਹੜਾ ਹੈ ਉਹਦੇ ਤੱਤਵ ਹੁੰਦੇ ਆ। ਸੋ ਇਹਨੂੰ ਹਮੇਸ਼ਾ ਬਿਨਾਂ ਚਬਾਏ ਹੀ ਪੱਤਿਆਂ ਨੂੰ ਨਿਗਲਣਾ ਚਾਹੀਦਾ। ਹੁਣ ਤੁਸੀਂ ਨੋਟ ਕਰੋ ਹੋਲੀ ਦਾ ਇੱਕ ਵਿਸ਼ੇਸ਼ ਟੋਟਕਾ। ਜੇ ਦੁਸ਼ਮਣਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਜਦੋਂ ਤੁਸੀਂ ਹੋਲਿਕਾ ਦਹਨ ਕਰਦੇ ਹੋ ਉਸ ਸਮੇਂ ਤੁਸੀਂ ਇੱਕ ਸ਼ੁੱਧ ਕਾਲੀ ਹਲਦੀ ਜਿਹੜੀ ਹੈਗੀ ਹੈ ਉਹ ਲੈ ਕੇ ਉਹਦੀ ਪੂਜਾ ਕਰਕੇ ਉਹਨੂੰ ਸਿੱਧ ਕਰਵਾ ਕੇ ਉਹਦੇ 'ਤੇ ਸੰਦੂਰ ਲਗਾ ਕੇ ਕਾਲੇ ਰੇਸ਼ਮੀ ਕੱਪੜੇ ਦੇ ਵਿੱਚ ਉਹਨੂੰ 4 ਕੌਡੀਆਂ ਦੇ ਨਾਲ ਅਤੇ 8 ਕਾਲੀਆਂ ਰੱਤੀਆਂ ਦੇ ਨਾਲ ਬੰਨ੍ਹ ਕੇ ਇੱਕ ਪੋਟਲੀ ਬਣਾ ਲਓ, ਗੁੱਗਲ ਦੀ ਧੂਫ ਉਹਨੂੰ ਦਿਓ ਅਤੇ ਉਹਦੇ ਬਾਅਦ ਘਰ ਦੇ ਮੁੱਖ ਦਰਵਾਜ਼ੇ ਦੇ ਉੱਤੇ ਲਗਾ ਦਿਓ ਕਿ ਜਦੋਂ ਵੀ ਬਾਹਰੋਂ ਕੋਈ ਤੁਹਾਡੇ ਘਰ ਵੱਲ ਦੇਖਦਾ ਤਾਂ ਉਹ ਦਿਖਣੀ ਨਹੀਂ ਚਾਹੀਦੀ। ਇਹਦੇ ਨਾਲ ਸ਼ਤਰੂ ਤੁਹਾਡੇ ਦੂਰ ਰਹਿਣਗੇ ਅਤੇ ਸ਼ਤਰੂਆਂ ਦੁਆਰਾ ਕੀਤਾ ਹੋਇਆ ਤੰਤਰ ਵੀ ਤੁਹਾਡੇ ਉੱਤੇ ਅਸਰ ਨਹੀਂ ਕਰੇਗਾ। ਇੱਕ ਹੋਰ ਨੋਟ ਕਰੋ ਹੋਲੀ ਦੇ ਲਈ। ਹੋਲੀ ਦੇ ਲਈ ਅਸੀਂ ਇਹੀ ਵਿਸ਼ੇਸ਼ਕਤਾ ਚੀਜ਼ ਕਹਿਣੀ ਚਾਹਾਂਗੇ, ਕਿਉਂਕਿ ਹੋਲੀ ਸਾਡੇ ਧਰਮ ਦਾ ਇੱਕ ਬਹੁਤ ਹੀ ਇੰਪੋਰਟੈਂਟ ਤਿਉਹਾਰ ਹੈਗਾ। ਸਿਰਫ ਰੰਗ ਖੇਡਣਾ ਹੀ ਕਾਫੀ ਨਹੀਂ ਹੁੰਦਾ, ਬਲਕਿ ਪਾਠ ਪੂਜਾ, ਤੰਤਰਿਕ ਸਿੱਧੀਆਂ, ਤੰਤਰ ਤੋਂ ਬਚਾਅ, ਬੜਾ ਕੁਛ ਅਸੀਂ ਹੋਲੀ ਵਾਲੇ ਦਿਨ ਕਰ ਸਕਦੇ ਹਾਂ। 5 ਮਾਰਚ ਤੋਂ ਕੱਲ੍ਹ ਤੋਂ ਹੋਲੀ ਸ਼ੁਰੂ ਹੋ ਚੁੱਕੀ ਹੈ। 12 ਮਾਰਚ ਤੱਕ ਜਿਹੜਾ ਹੈ ਹੋਲਾਸਟਕ ਜਿਹਨੂੰ ਕਹਿੰਦੇ ਆ, ਹੋਲੀ ਦੇ ਦਿਨ ਉਹ ਚੱਲਦੇ ਨੇ। ਫਿਰ 13 ਨੂੰ ਮੇਨਲੀ ਜਿਹੜੀ ਹੈ ਹੋਲੀ ਆਉਂਦੀ ਹੈ। ਚਤੁਰਦਸ਼ੀ, ਪ੍ਰਤਿਪਦਾ, ਪੱਧਰਾ, ਇਹਦੇ ਸਮੇਂ ਹੋਲਿਕਾ ਦਾ ਦਹਨ ਅਸੀਂ ਜਿਹੜਾ ਨਹੀਂ ਕਰ ਸਕਦੇ। ਕਈ ਵਾਰੀ ਪੱਧਰਾ ਕਾਲ ਸਵੇਰ ਦੇ ਵਿੱਚ ਹੀ ਇਸ ਵਾਰੀ ਜਿਹੜੀ ਹੈ ਸਮਾਪਤ ਹੋ ਜਾਏਗੀ। ਇਸ ਲਈ ਸੂਰਿਆ ਅਸਤ ਤੋਂ ਬਾਅਦ ਜਿਹੜਾ ਹੈ 12 ਮਾਰਚ ਨੂੰ ਪੂਰਨਮਾਸ਼ੀ ਦੇ ਵਿੱਚ, ਪ੍ਰਦੋਸ਼ ਦੇ ਵਿੱਚ ਅਸੀਂ 12 ਮਾਰਚ ਨੂੰ ਹੋਲਿਕਾ ਦਹਨ ਕਰ ਸਕਦੇ ਹਾਂ ਅਤੇ 13 ਨੂੰ ਅਸੀਂ ਜਿਹੜੀ ਹੋਲੀ ਖੇਡ ਸਕਦੇ ਹਾਂ। ਸੋ ਪਿਆਰੇ ਦਰਸ਼ਕੋ, ਹੋਰ ਬਹੁਤ ਸਾਰੇ ਉਪਾਅ ਨੇ ਸਾਡੇ ਕੋਲ, ਜਿਨ੍ਹਾਂ ਨੂੰ ਵੀ ਕੋਈ ਵੀ ਪ੍ਰੋਬਲਮ ਹੈਗੀ ਹੈ ਉਹ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਆ ਕੇ ਆਪਣੀ ਰਾਸ਼ੀ ਦੇ ਮੁਤਾਬਿਕ ਜਿਹੜਾ ਹੈ ਹੋਲਿਕਾ ਦਹਨ ਕਰ ਸਕਦੇ ਹਾਂ। ਹੋਲੀ ਦੀ ਰਾਖ ਜਿਹੜੀ ਹੈਗੀ ਹੈ ਉਹਨੂੰ ਵੀ ਲੈ ਕੇ ਅਗਲੇ ਦਿਨ ਉਹ ਲੋਕ ਆਪਣੇ ਜਿਸਮ 'ਤੇ ਮਲ ਸਕਦੇ ਆ ਜਿਨ੍ਹਾਂ ਨੂੰ ਕੋਈ ਤੰਤਰ ਦੀ ਬਾਧਾ ਲੱਗਦੀ ਹੈ, ਉਹਨੂੰ ਤਾਵੀਜ਼ ਦੇ ਵਿੱਚ ਭਰ ਕੇ ਵੀ ਗਲੇ ਦੇ ਵਿੱਚ ਪਾ ਸਕਦੇ ਆ ਜਿਨ੍ਹਾਂ ਨੂੰ ਤੰਤਰ ਦੀ ਬਾਧਾ ਲੱਗਦੀ ਹੈ। 8 ਗੁੰਮਤੀ ਚੱਕਰ ਲੈ ਕੇ ਸਿਰ ਤੋਂ ਵਾਰ ਕੇ ਹੋਲੀ ਦੀ ਜਿਹੜੀ ਅੱਗ ਹੈ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ। ਆਪਣੀ ਰਾਸ਼ੀ ਦੇ ਮੁਤਾਬਿਕ ਹੋਲੀ ਦੀ ਅਗਨੀ ਦੇ ਵਿੱਚ ਲੱਕੜ ਪਾ ਸਕਦੇ ਹੋ, ਜਿਹਦੇ ਨਾਲ ਤੁਹਾਨੂੰ ਬਹੁਤ ਅੱਛੇ ਲਾਭ ਹੋ ਸਕਦੇ ਹੈ। ਸੋ ਜੇ ਤੁਹਾਨੂੰ ਸਾਡਾ ਇਹ ਐਪੀਸੋਡ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਭੁੱਲਿਓ ਨਾ। ਨਾਲ ਹੀ ਨਾਲ ਸਾਡੇ ਯੂਟਿਊਬ ਚੈਨਲ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ। ਸਾਡੇ ਵਟਸਐਪ ਨੰਬਰ 9872602533 'ਤੇ ਤੁਸੀਂ ਸਾਨੂੰ ਆਪਣੇ ਨਾਲ ਐਡ ਕਰਨ ਦੇ ਲਈ ਆਪਣਾ ਨਾਮ, ਸਿਟੀ ਨੇਮ, ਕੰਟਰੀ ਨੇਮ ਸਿਰਫ ਭੇਜ ਸਕਦੇ ਹੋ। ਨਾਲ ਹੀ ਨਾਲ ਤੁਸੀਂ ਸਾਡਾ ਫੇਸਬੁੱਕ ਪੇਜ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਵੀ ਲਾਈਕ ਕਰ ਸਕਦੇ ਹੋ। ਹੁਣ ਅੱਜ ਦਾ ਰਾਸ਼ੀਫਲ। ਮੇਸ਼ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਪਿਆਰ ਦੇ ਵਿੱਚ ਦਿਲ ਟੁੱਟ ਸਕਦਾ ਹੈ। ਵਰਿਸ਼ਠ ਰਾਸ਼ੀ ਵਾਲੇ ਬਹੁਤ ਉਲਝਣ ਭਰਿਆ ਸਮਾਂ ਹੋ ਸਕਦਾ ਹੈ। ਮਿਥੁਨ ਰਾਸ਼ੀ ਵਾਲੇ, ਸ਼ਤਰੂਆਂ ਦੇ ਉੱਤੇ ਤੁਸੀਂ ਅੱਜ ਜਿੱਤ ਆਪਣੀ ਨਿਸ਼ਚਿਤ ਕਰ ਸਕੋਗੇ। ਕਰਕ ਰਾਸ਼ੀ ਵਾਲਿਆਂ ਨੂੰ ਜਿਹੜਾ ਹੈ ਦੂਰੋਂ ਦੂਰੋਂ ਤੁਹਾਡੇ ਘਰ ਮਹਿਮਾਨ ਆ ਸਕਦੇ ਹੈ। ਸਿੰਘ ਰਾਸ਼ੀ ਵਾਲੇ ਭੱਜ ਦੌੜ ਭਰਿਆ ਦਿਨ ਹੈ, ਜਦਕਿ ਕੰਨਿਆ ਰਾਸ਼ੀ ਵਾਲੇ ਅੱਜ ਐਗਜ਼ਾਮੀਨੇਸ਼ਨ ਦੇ ਵਿੱਚ ਅੱਜੇ ਅੱਛੇ ਨਤੀਜੇ ਲਿਆ ਸਕਦੇ ਹੈ। ਤੁਲਾ ਰਾਸ਼ੀ ਵਾਲੇ, ਅੱਜ ਦਾ ਦਿਨ ਪਤਨੀ ਨਾਲ ਬਹੁਤ ਬਣੀ ਰਹੇਗੀ। ਵਰਿਸ਼ਚਿਕ ਰਾਸ਼ੀ ਵਾਲੇ, ਓਵਰ ਈਟਿੰਗ ਯਾਨੀ ਕਿ ਜ਼ਿਆਦਾ ਖਾਣ ਦੇ ਨਾਲ ਅੱਜ ਪ੍ਰੋਬਲਮਸ ਆ ਸਕਦੀਆਂ ਹਨ। ਤਨੂ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਚੰਗੇ ਸੁੱਖ ਸੁਨੇਹੇ ਫੋਨ ਦੀ ਪਹਿਲੀ ਘੰਟੀ ਤੁਹਾਨੂੰ ਦਿੰਦੀ ਰਹੇਗੀ। ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਖਰਚੇ ਜ਼ਿਆਦਾ ਹੋਣ ਨਾਲ ਮਨ ਉਦਾਸ ਹੋ ਸਕਦਾ ਹੈ। ਕੁੰਭ ਰਾਸ਼ੀ ਵਾਲੇ ਲਾਟਰੀ ਸੱਟਾ ਜੂਏ 'ਚ ਧਨ ਹਾਰ ਸਕਦੇ ਆ, ਗੁਰੇਜ਼ ਕਰਿਓ। ਅਤੇ ਮੀਨ ਰਾਸ਼ੀ ਵਾਲੇ, ਅੱਜ ਵਿਦੇਸ਼ ਦੇ ਲਈ ਤੁਹਾਡੇ ਲਈ ਦਰਵਾਜ਼ੇ ਖੁੱਲ੍ਹੇ ਗਏ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ, ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਮਿੰਦਰ, 30G ਸਾਬਾ ਨਗਰ ਲੁਧਿਆਣਾ ਪੰਜਾਬ ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ ਹੈ 9872602533। ਸੋ ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜ਼ਾ ਮਾਂ ਦਾ, ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜਨਾਂ ਦੇ ਦੱਸੇ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਖਾਲਾ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋ ਜੂਗੀ, ਧੀਆਂ ਨੂੰ ਕੁੱਖਾਂ 'ਚ ਨਾ ਮਾਰਿਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਇਓ,
ਨਸ਼ਿਆਂ ਤੋਂ ਪਰਹੇਜ਼ ਕਰੀਓ ਅਤੇ 10 ਵੰਦ ਕੱਢ ਕੇ ਦੇ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡਾ ਆਉਣ ਵਾਲਾ ਟਾਈਮ ਬਹੁਤ ਜ਼ਿਆਦਾ ਵਧੀਆ ਹੋਏਗਾ। ਸੋ ਜੋਤਿਸ਼ ਦੇ ਨਾਂ ਦੇ ਵਹਿਮਾਂ ਭਰਮਾਂ 'ਚ ਬਿਲਕੁਲ ਨਾ ਪਈਓ। ਛੋਟੇ ਛੋਟੇ ਦਾਨ ਪੁੱਤ ਪਾਠ ਪੂਜਾ ਉਪਾਏ ਕਰਕੇ ਤੁਸੀਂ ਬਹੁਤ ਵਧੀਆ ਆਪਣੀ ਤਕਦੀਰ ਨੂੰ ਬਣਾ ਸਕਦੇ ਹੋ। ਜਿਨ੍ਹਾਂ ਲੋਕਾਂ ਦਾ ਵੀ ਗੁਰੂ ਕਮਜ਼ੋਰ ਹੈਗਾ ਉਹ ਸਾਡੇ ਵਿਸ਼ੇਸ਼ ਪ੍ਰੋਗਰਾਮ 'ਚ ਭਾਗ ਲੈਣ। 7 ਤਰੀਕ ਨੂੰ ਜਿਹੜਾ ਲੁਧਿਆਣੇ ਦੇ ਵਿੱਚ ਅਸੀਂ ਕਰਵਾਉਣ ਜਾ ਰਹੇ ਹਾਂ, ਸਵਾਮੀ ਵਿਵੇਕਾਨੰਦ ਵਰਿੱਧ ਆਸ਼ਰਮ ਦੇ ਵਿੱਚ ਸਾਹਿਬ ਲੁਧਿਆਣਵੀ ਦੀ ਯਾਦ 'ਚ ਗੀਤਾਂ ਦਾ ਪ੍ਰੋਗਰਾਮ ਹੈ। ਜ਼ਰੂਰ ਸ਼ਾਮਿਲ ਹੋਵੋ ਅਤੇ ਉੱਥੇ ਆ ਕੇ ਵਿਰਧ ਆਸ਼ਰਮ ਦੇ ਬਜ਼ੁਰਗਾਂ ਦੀ ਸੇਵਾ ਜ਼ਰੂਰ ਕਰੋ। ਕੱਲ੍ਹ ਫਿਰ ਮਿਲਾਂਗੇ। ਨਮਸਕਾਰ।